ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋਇਆ, ਜੋ ਕਿ ਵੱਖ ਵੱਖ ਪੜਾਵਾਂ ਤਾਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਾ ਕੇ ਸੰਪੂਰਨ ਤਾਂ ਹੋਏਗੀ। ਅਤੇ ਬਾਜ ਬਾਰੇ ਆਪ ਜੀ ਨੇ ਸਵਾਲ ਖੜ੍ਹਾ ਕੀਤਾ, ਬਾਜ ਛੇਵੇਂ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਰੱਖਿਆ, ਉਸ ਤੋਂ ਬਾਅਦ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਰੱਖਿਆ, ਉਸ ਤੋਂ ਬਾਅਦ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ, ਉਸ ਤੋਂ ਬਾਅਦ ਬੇਅੰਤ ਜਿੰਨੀਆਂ ਵੀ ਨਿਹੰਗ ਸਿੰਘ ਫੌਜਾਂ ਹੋਈਆਂ ਨੇ ਉਹਨਾਂ ਨੇ ਵੀ ਰੱਖਿਆ। ਬਾਜ ਆਜ਼ਾਦੀ ਦਾ ਪ੍ਰਤੀਕ ਹੈ, ਬਾਜ ਕਿਸੇ ਦਾ ਮਰਿਆ ਹੋਇਆ ਸ਼ਿਕਾਰ ਨਹੀਂ ਕਰਦਾ, ਇੱਦਾਂ ਹੀ ਸਾਨੂੰ ਵੀ ਕਿਰਤ ਕਰਕੇ ਹਮੇਸ਼ਾ ਹਮੇਸ਼ਾ ਕਿਰਤ ਕਰਕੇ ਖਾਣਾ ਚਾਹੀਦਾ ਹੈ। ਅਤੇ ਬਾਜ ਹਮੇਸ਼ਾ ਉੱਚੀਆਂ ਉਡਾਰੀਆਂ ਲਾਉਂਦਾ, ਇੱਦਾਂ ਹੀ ਸਾਨੂੰ ਵੀ ਬਾਣੀ ਤੋਂ ਸੋਝੀ ਲੈ ਕੇ ਬਾਣੀ ਦੇ ਅਨੁਸਾਰ ਜੀਵਨ ਧਾਰਨ ਕਰਕੇ ਉੱਚੀਆਂ ਉਡਾਰੀਆਂ ਲਾਉਣੀਆਂ ਚਾਹੀਦੀਆਂ। ਖੁਰਾਕ ਦੀ ਗੱਲ ਕੀਤੀ ਜਾਵੇ ਤਾਂ ਕੀ ਖੁਰਾਕ ਤੁਸੀਂ ਦਿੰਦੇ ਹੋ? ਬਾਜ ਵੀਰ ਜੀ ਮਾਸਾਹਾਰੀ ਪੰਛੀ ਆ ਜੀ, ਇਹ ਸ਼ਿਕਾਰੀ ਹੁੰਦਾ, ਸ਼ਿਕਾਰ ਕਰਕੇ ਹੀ ਹਮੇਸ਼ਾ ਖਾਂਦਾ, ਮਰਿਆ ਹੋਇਆ ਨਹੀਂ ਖਾਂਦਾ। ਹੋਰ ਤੁਸੀਂ ਨੌਜਵਾਨ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਆ ਕਿ ਜੇ ਅਸੀਂ ਸਿੱਖਾਂ ਦੇ ਘਰੇ ਜਨਮ ਲਿਆ ਏ, ਸਾਡੇ ਸਿਰ ਦੇ ਉੱਪਰ ਕੇਸ ਤੇ ਦਾੜਾ ਦਸਤਾਰ ਅਮਰ ਛਕਿਆ ਹੋਣਾ ਜ਼ਰੂਰੀ ਚਾਹੀਦਾ ਏ, ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਏ ਤਬਿਮ ਭੰਨਿਓ ਗਰੀਬ ਨਿਵਾਜ, ਸ਼ਸਤਨ ਕੇ ਅਧੀਨ ਹੈ ਰਾਜ, ਤਨੰਗ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਤੇਗ ਤੀਰੰਗ ਰਹੇ ਨਾਹੀਂ ਭਾਈ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇੜ ਜਾਨੋ, ਗਹੇ ਕਾਨ ਤਾਂ ਕੋ ਕਿਤੇ ਲੈ ਸਿਧਾਨੋ, ਇਹ ਹੈ ਮੋਰ ਆਗਿਆ ਸੁਣ ਲਿਹੋ ਪਿਆਰੇ, ਬਿਨਾਂ ਤੇਗ ਕੇਸੰਗ ਨਾ ਦੇਵੀ ਦਿਦਾਰੇ। ਕਲਗੀਧਰ ਪਾਤਸ਼ਾਹ ਕਹਿੰਦੇ ਮੈਨੂੰ ਬਿਨਾਂ ਕੇਸਾਂ ਤੋਂ ਅਤੇ ਤੇਗ ਤੋਂ ਬਿਨਾਂ ਮੈਨੂੰ ਦਿਦਾਰੇ ਨਾ ਦੀ, ਇਹ ਕਲਗੀਧਰ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਹੈ, ਸ੍ਰੀ ਸਾਹਿਬ ਰੱਖਣੀ ਅੰਮ੍ਰਿਤ ਛਕਣਾ ਤਿਆਰ ਬਰ ਤਿਆਰ ਰਹਿਣ ਦਾ ਜੀ।